ਵੀਰੇਂਦਰ ਸਾਹਿਬ, ਇੱਕ ਤਾਂ ਅੰਤਿਮ ਬਜਟ ਪੇਸ਼ ਹੋ ਰਿਹਾ, ਕੀ ਉਮੀਦਾਂ ਹੈਗੀਆਂ ਬਜਟ ਤੋਂ, ਅੰਤਿਮ ਬਜਟ ਹੈਗਾ? ਇਹ ਤਾਂ ਹੁਣ ਬਜਟ ਜੋ ਆਏਗਾ, ਵੈਸੇ ਤਾਂ ਇਦੋਂ ਪਹਿਲਾਂ ਦੇ ਜਿਹੜੇ ਬਜਟ ਆਏ ਆ ਉਹਨਾਂ ਨੇ ਤਾਂ ਸਾਰੀਆਂ ਉਮੀਦਾਂ ਤੇ ਹਮੇਸ਼ਾ ਪਾਣੀ ਫੇਰ ਦਿੱਤਾ ਗਿਆ ਹੈ। ਲੈਟਸ ਸੀ ਕਿ ਇਸ ਵਾਰੀ ਦੇ ਬਜਟ ਦੇ ਵਿੱਚ ਕੀ ਲੈ ਕੇ ਆਉਂਦੇ ਨੇ, ਉਹ ਤਾਂ ਜਦੋਂ ਬਜਟ ਆ ਜਾਏਗਾ ਤਦ ਹੀ ਮੈਂ ਟਿੱਪਣੀ ਕਰਾਂਗਾ। ਹਮੇਸ਼ਾ ਹੀ ਉਮੀਦਾਂ ਤੁਹਾਨੂੰ ਹੁੰਦੀਆਂ ਕਿ ਬਜਟ ਆਵੇਗਾ, ਲੋਕਾਂ ਲਈ ਰਾਹਤ ਲੈ ਕੇ ਆਏਗਾ, ਨਈ ਕੋਈ ਨਵੀਆਂ ਸਕੀਮਸ ਹੋਣੀਆਂ ਜਿਨ੍ਹਾਂ ਦੇ ਨਾਲ ਲੋਕਾਂ ਦਾ ਮੈਂ ਪ੍ਰੋਬਲਮਸ ਦਾ ਸਮਾਧਾਨ ਹੋਏਗਾ। ਸੋ ਲੈਟਸ ਸੀ ਕੀ ਹੁੰਦਾ। ਅੱਜ ਦੀ ਮੀਟਿੰਗ ਰੱਖੀ ਗਈ, ਤੁਹਾਡੇ ਵੱਲੋਂ ਕੀ ਅਜੰਡਾ ਹੈਗਾ ਮੀਟਿੰਗ ਦਾ? ਸੋ ਇਹ ਮਹੀਨਾਵਾਰ ਸਾਡੀ ਮੀਟਿੰਗ ਹੁੰਦੀ ਹੈ ਜ਼ਿਲ੍ਹਾ ਪ੍ਰਧਾਨਾਂ ਦੀ, ਕੰਟੈਸਟਡ ਕੈਂਡੀਡੇਟਸ ਦੀ, ਉਹ ਸੇਮ ਮੀਟਿੰਗ ਹੈ। ਨਾਲ ਹੀ ਨਾਲ ਅਸੀਂ ਉਹ ਤਿਆਰੀਆਂ ਕਰਨੀਆਂ। ਖੜਗੇ ਸਾਹਿਬ ਆ ਰਹੇ ਨੇ, ਪਹਿਲੀ ਵਾਰੀ ਕਨਵੈਨਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ, ਔਰ ਖੜਗੇ ਸਾਹਿਬ ਓਫੀਸ਼ੀਅਲ ਤੌਰ ਤੇ ਪਹਿਲੀ ਵਾਰੀ ਪੰਜਾਬ ਆ ਰਹੇ ਆ। ਤਮਾਮ ਵਰਕਰ ਸਾਹਿਬਾਨਾਂ ਨਾਲ ਮੀਟਿੰਗ ਕਰਨਾ ਚਾਹੁੰਦੇ ਨੇ, ਬੂਥ ਸਤਰ ਦੇ ਲੋਕਾਂ ਨਾਲ, ਮੰਡਲ ਪ੍ਰਧਾਨਾਂ ਨਾਲ, ਮੰਡਲ ਕਮੇਟੀਜ਼ ਨਾਲ, ਬਲਾਕ ਪ੍ਰੈਜ਼ੀਡੈਂਟਸ, ਬਲਾਕ ਕਮੇਟੀਜ਼, ਕਿਉਂਕਿ ਸੰਗਠਨ ਅਸੀਂ ਹੁਣ ਨੀਚੇ ਸਤਰ ਤੱਕ 95% ਅਸੀਂ ਮੁਕੰਮਲ ਕਰ ਲਿਆ। ਸੋ ਉਹਨਾਂ ਲੋਕਾਂ ਨਾਲ ਬਿਫੋਰ ਪਾਰਲੀਮੈਂਟ ਕੀ ਤਿਆਰੀ ਵਾਸਤੇ ਗੱਲਬਾਤ ਕਰਨ ਖੜਗੇ ਸਾਹਿਬ ਆ ਰਹੇ, ਉਹਦੇ ਮਤਲਬ ਕੀ ਅੱਜ ਦੀ ਮੀਟਿੰਗ ਬਣੀ? ਸਾਹਿਬ, ਜਿਸ ਤਰੀਕੇ ਨਾਲ ਗੁੰਡਾਗਰਦੀ ਪਟਿਆਲੇ 'ਚ ਹੋ ਰਹੀ ਹੈ, ਕੱਲ੍ਹ ਇੱਕ ਮੀਡੀਆ ਕਰਮੀ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਕੇਬਲ ਮਾਫੀਆ ਦੁਆਰਾ, ਕਿਉਂਕਿ ਉਹ ਇਸ ਕਰਕੇ ਦਿਖਾ ਰਹੇ, ਮਿਸ਼ਰ ਕਰ ਰਹੇ ਸੀ ਖਬਰ ਕਿ ਕਿਸ ਤਰੀਕੇ ਨਾਲ ਕੇਬਲ ਦੀਆਂ ਤਾਰਾਂ ਕੱਟੀਆਂ ਜਾ ਰਹੀਆਂ, ਜਦਕਿ ਹਾਈਕੋਰਟ ਨੇ ਪਹਿਲਾਂ ਹੀ ਕਹਿਤਾ ਕਿ ਇਸ ਤਰੀਕੇ ਦਾ ਕੁਝ ਵੀ ਨਾ ਹੋਏ। ਬਦਲਾਵ ਹੈ ਬ੍ਰਦਰ, ਇਹ ਬਦਲਾਵ ਦੇ ਅੰਦਰ ਇਸ ਤਰ੍ਹਾਂ ਹੀ ਹੋਏਗਾ। ਬਦਲਾਵ ਤੋਂ ਪਹਿਲਾਂ ਤਾਂ ਆਮ ਸਰਕਾਰਾਂ ਵਿੱਚ ਤਾਂ ਆਮ ਲੋਕ ਹੀ ਕੁੱਟੇ ਜਾਂਦੇ ਸੀ ਕਈ ਵਾਰੀ, ਹੁਣ ਇਹ ਹੋ ਗਿਆ ਕਿ ਹੁਣ ਉਹ ਮੀਡੀਆ ਨੂੰ ਵੀ ਉਹਨਾਂ ਨੇ ਗਲੋਂ ਫੜ ਲਿਆ। ਮੀਡੀਆ ਦੇ ਕੁਝ ਕਰਮੀ, ਕੁਝ ਮਾਲਕ ਮੈਨੂੰ ਜਾਣਦੇ ਨੇ, ਉਹਨਾਂ ਨੇ ਮੇਰੇ ਨਾਲ ਟੈਲੀਫੋਨ ਤੇ ਦੱਸਿਆ ਕਿ ਕੀ ਹਾਲਾਤ ਨੇ, ਕੋਈ ਇੱਕ ਅਗਰ ਖਬਰ ਸਰਕਾਰ ਦੇ ਖਿਲਾਫ ਕੋਈ ਛੋਟੀ ਮੋਟੀ ਚੱਲ ਜਾਏ ਤਾਂ ਤੁਰੰਤ ਉਹ ਸਾਨੂੰ ਧਮਕੀ ਵਾਲਾ ਫੋਨ ਆ ਜਾਂਦਾ ਕਿ ਆਹ ਖਬਰ ਕਿੱਦਾਂ ਚੱਲੀ ਹੈ। ਸੋ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਮੀਡੀਆ ਦੀ ਆਜ਼ਾਦੀ ਤੇ ਰੋਕ ਲਾ ਦਿੱਤੀ ਗਈ ਹੈ, ਗਲਾ ਘੁੱਟ ਦਿੱਤਾ ਗਿਆ ਹੈ, ਉਹ ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਇਸ ਬਦਲਾਵ ਦੀ ਸਰਕਾਰ 'ਚ। ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਮੀਡੀਆ ਕਰਮੀਆਂ ਨੂੰ ਕਿ ਜਿਹੜੇ ਲੋਕ ਕਰਵਾ ਰਹੇ ਨੇ, ਕੁਝ ਲੋਕ ਤੁਹਾਡੇ ਹੀ ਸਾਥੀ ਨੇ ਜਿਹੜੇ ਪੈਸੇ ਦੀ ਆੜ ਦੇ ਵਿੱਚ ਔਰ ਸੱਤਾ ਸਰਕਾਰ ਦੀ ਆੜ ਦੇ ਵਿੱਚ ਅੰਨੇ ਹੋ ਕੇ ਆਪਦੇ ਸਾਥੀਆਂ ਤੇ ਹੀ ਅਤਿਆਚਾਰ ਕਰਾ ਰਹੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਦੂਜੇ ਚੈਨਲਸ ਸਾਰੇ ਬੰਦ ਕਰਾ ਦਈਏ ਤੇ ਸਾਡਾ ਹੀ ਚੈਨਲ ਹੋਵੇ, ਜਿਨ੍ਹਾਂ ਨੇ ਮੋਟਰਸਾਈਕਲ ਤੋਂ ਆਪਦਾ ਸਫ਼ਰ ਤੈਅ ਕਰਕੇ ਵੱਡੀਆਂ ਵੱਡੀਆਂ ਕਾਰਾਂ ਤੱਕ ਦਾ ਕਰ ਲਿਆ ਹੈ। ਸੋ ਮੇਰੇ ਕਹਿਣ ਦਾ ਮਤਲਬ, ਇਹਨਾਂ ਲੋਕਾਂ ਤੇ ਵੀ ਤੁਹਾਨੂੰ ਸਾਰਿਆਂ ਨੂੰ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ। ਔਰ ਸਰਕਾਰ ਬੇਹੱਦ ਧੱਕਾ ਕਰ ਰਹੀ ਹੈ, ਮੈਂ ਇਸ ਗੱਲ ਦੀ ਨਿੰਦਾ ਕਰਦਾ। ਇਸ ਤਰ੍ਹਾਂ ਮੀਡੀਆ ਦੀ ਆਜ਼ਾਦੀ ਦਾ ਤੁਸੀਂ ਕਰੋਗੇ ਤਾਂ ਤੁਹਾਨੂੰ ਖਮਿਆਜ਼ਾ ਭੁਗਤਣਾ ਪਏਗਾ। ਠੀਕ ਹੈ, ਸਰਕਾਰ ਹੈ, ਜ਼ੋਰ ਹੈ, ਤੁਹਾਡਾ ਕੰਮ ਚੱਲ ਰਿਹਾ ਹੈ, ਤੁਸੀਂ ਡਰਾ ਰਹੇ ਹੋ, ਤੁਸੀਂ ਕਹਿੰਦੇ ਅਸੀਂ ਐਡਵਰਟਾਈਜ਼ਮੈਂਟ ਨਹੀਂ ਦੇਵਾਂਗੇ, ਪਰ ਇਹ ਜ਼ਿਆਦਾ ਦੇਰ ਚੱਲਣਾ ਨਹੀਂ। ਆਰੋਪ ਕੀ ਲੱਗ ਰਹੇ ਯਾਰ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਚਲਾ ਹੀ ਰਹੇ ਉਹਨੇ ਸਭ ਇਹ ਲੋਕ। ਮੈਂ ਸਮਝਦਾ ਕਿ ਜਿੰਨਾ ਲੋਕਾਂ ਨੂੰ ਲੱਗਦਾ ਸੀ ਇਹ ਬੜੇ ਆਮ ਆਦਮੀ ਦੀ ਪਾਰਟੀ ਹੈ ਤੇ ਆਮ ਆਦਮੀ ਨਾ ਇਹ ਗੱਡੀਆਂ ਲੈਣਗੇ, ਨਾ ਇਹ ਗਨਮੈਨ ਲੈਣਗੇ, ਨਾ ਇਹ ਕੋਠੀਆਂ ਲੈਣਗੇ, ਨਾ ਇਹ ਤਨਖਾਹਾਂ ਲੈਣਗੇ, ਪਰ ਕਮਾਲ ਦੇ ਜਲਵੇ ਇਹਨਾਂ ਨੇ, ਨਾ ਇਹ ਕਾਰੋਬਾਰ ਕਰਨਗੇ, ਇਹ ਤਾਂ ਵਿਚਾਰੇ ਸਾਈਕਲ ਤੇ ਆਇਆ ਕਰਨਗੇ, ਸਾਈਕਲ ਤੇ ਜਾਇਆ ਕਰਨਗੇ, ਸਾਡੇ ਘਰਾਂ 'ਚ ਆ ਕੇ ਇਹ ਬੈਠ ਕੇ ਰੋਟੀ ਖਾਇਆ ਕਰਨਗੇ। ਉਹ ਸਾਰਾ ਜਿਹੜਾ ਨਕਾਬ ਸੀਗਾ ਉਹ ਸਾਰਾ ਉਤਰ ਗਿਆ। ਜਨਤਾ ਨੂੰ ਅਸਲੀਅਤ ਆਮ ਆਦਮੀ ਪਾਰਟੀ ਦੇ ਇਹਨਾਂ MLA ਸਾਹਿਬਾਨਾਂ ਦੀ ਚੰਗੇ ਤਰੀਕੇ ਨਾਲ ਪਤਾ ਲੱਗ ਗਿਆ। ਜਿਹੜਾ ਤੁਸੀਂ ਜਿਸ ਤਰ੍ਹਾਂ
ਬੜਾ ਚੱਲ ਰਿਹਾ ਦੋ ਦਿਨਾਂ ਦੇ ਤੇ ਕਈ ਲੋਕ ਲਗਾਤਾਰ ਸਵਾਲ ਚੁੱਕ ਰਹੇ ਨੇ ਤੁਹਾਡੇ ਤੇ ਕਿ ਜਿਹੜਾ ਤੁਹਾਡੇ ਖਿਲਾਫ ਨਹੀਂ ਬਰੀਕ ਤੋਂ ਪਾ ਰਹੇ ਇਸ ਲਈ ਕਰਕੇ ਮੇਰੇ ਖਿਲਾਫ ਕੀ ਹੈ ਜਿਹੜੇ ਐਕਸ਼ਨ ਲਿਆ ਜਿਵੇਂ ਤੁਸੀਂ ਦੋ ਬੰਦੇ ਨੂੰ ਕਹਿੰਦੇ ਸਸਪੈਂਡ ਜਾਰੀ ਹੋਊਗਾ ਕਿ ਨੂੰ 100% ਇਨਡਿਸਿਪਲਿਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿੱਦਾਂ ਚੱਲੇਗੀ ਤੁਹਾਡਾ ਇੱਕ ਅਦਾਰਾ ਜਿਹੜਾ ਮੀਡੀਆ ਅਦਾਰਾ ਕਿੱਦਾਂ ਚੱਲੇਗਾ ਜੇ ਤੁਸੀਂ ਆਪਦੇ CEO ਦੀ ਜੇ ਤੁਸੀਂ ਆਪਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਬਣਾਉਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਿਹਾ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਦਾ ਸਿਸਟਮ ਇਨ ਪਾਰਟੀ ਅਗਰ ਕੋਈ ਫੋਲੋ ਅਪ ਨਹੀਂ ਕਰੇਗਾ ਤਾਂ ਨੈਚੁਰਲੀ ਉਹ ਇਨਡਿਸਿਪਲਿਨ ਹੈ ਤੇ ਇਨਡਿਸਿਪਲਿਨ ਦੀ ਕਾਰਵਾਈ ਉਹਦੇ ਤੇ ਬਣਦੀ ਹੈ ਤੁਸੀਂ ਇੱਕ ਗੱਲ ਕਹੀ ਸੀ ਜਦੋਂ ਰਾਜਕੁਮਾਰ ਵੇਰਕਾ ਵੀ ਸਿੱਧੂ ਜੁਆਇਨ ਕੀਤੇ ਸੀ ਦੇਖੋ ਜਿਹੜਾ ਵਿਅਕਤੀ ਵੀ ਇਨਡਿਸਿਪਲਿਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਉਹ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰ ਹੈਗੀਆਂ ਨਾ ਹੁਣ ਚੀਫ ਐਡੀਟਰ ਤੇ ਅਟੈਕ ਕਰਨਾ ਮੰਨ ਲਓ ਉਹਨੂੰ ਕੱਢਣਾ ਹੈ ਤਾਂ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਇਨਡਿਸਿਪਲਿਨ ਕਰ ਰਿਹਾ ਚਾਹੇ ਕੋਈ ਹੋਰ ਕਰ ਰਿਹਾ ਨਿਰੰਤਰ ਹਾਈਕਮਾਂਡ ਨਜ਼ਰ ਬਣਾਏ ਹੋਏ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ।